ठीक है ठोके आंदा ही ਆਪਾਂ ਪਿਆ ਠੀਕ ਹੈ ਜਿਹੜਾ ਕੋਈ ਲਾਮਨ ਜਿੱਤ ਗਿਆ ਉਹ ਲਾਈ ਜਾਂਦਾ ਨਸ਼ਾ ਵਾਹ ਵਾਹ ਹੀ ਕਰਦਾ ਸੀ ਦੋ ਵਾਰੀ ਲਾਦਾ ਠੀਕ ਹੈ ਹੁਣ ਅਸ ਪਤਾ ਨਹੀਂ ਹੁਣ ਕਿੱਥੋਂ ਲੈ ਆਉਂਦੇ ਤੇ ਸ਼ਾ ਲਾ ਤੇ ਕਰੇ ਆ ਵੜਨਾ ਆਖੀ ਨੋੜਦੇ ਹੁਣ ਸੁਣ ਉਹ ਰੋਕਦੇ ਨਹੀਂ ਕੋਈ ਕੋਈ ਖੁੱਲਾ ਵਿਕੀ ਜਾਂਦਾ ਉਹ ਖਾਧੀ ਜਾਂਦੇ ਨੇ ਕੋਈ ਪੀਤੀ ਜਾਂਦੇ ਨੇ ਗੋਲੀਆਂ ਵੀ ਗੋਲੀਆਂ ਤਾਂ ਹੌਲੀ ਹੌਲੀ ਵੱਧਦਾ ਗਿਆ ਕੈਪਸੂਲ ਕੈਪਸੂਲ ਖਾਣ ਦੇ ਨਾਲ ਨਾਲ ਫਿਰ ਹੌਲੀ ਹੌਲੀ ਆ ਗਏ ਟੀਕੇ ਹਾਂ ਦੂਜੀ ਆ ਗਈ ਸਮੈਕ ਉਹ ਕਿਤੇ ਪਤਾ ਨਹੀਂ ਕਿਵੇਂ ਆਉਂਦੇ ਨੇ ਪੰਨੀ ਪੁੰਨੀ ਦੇ ਕੋਲ ਲਾਉਂਦੇ ਹੁੰਦੇ ਨੇ ਪੰਨੀ ਪਤਾ ਨਹੀਂ ਆਪਾਂ ਦਾ ਪਤਾ ਨਹੀਂ ਕਿਵੇਂ ਪੰਨੀ ਹੁੰਦੀ ਹੈ ਉਹ ਪੰਨੀ 'ਚ ਲਾਉਂਦੇ ਨੇ ਪੰਨੀ 'ਤੇ ਮਿਲਦਾ ਪਤਾ ਨਹੀਂ ਕਹਿੰਦੇ ਨੇ ਮਹਿੰਗਾ ਇਹ ਤਾਂ ਹੁਣ ਨਹੀਂ ਸੁਣਨ ਨੂੰ ਸਾਨੂੰ ਵੀ ਪਤਾ ਲੱਗਦਾ ਪਿਆ ਕਿਉਂਕਿ ਮੈਂ ਆਪ ਵੀ ਨਸ਼ਾ ਨੁਸ਼ਾ ਵਗੈਰਾ ਕੁਛ ਨਹੀਂ ਕਰਦਾ ਰਾਹ ਦਾ ਸਮੇਂ ਨਾਮ ਦਾ ਲੈ ਬਾਈ 23 ਸਾਲ ਹੋ ਗਏ ਕਿਸੇ ਨਸ਼ੇ ਨੂੰ ਮੈਂ ਤਾਂ ਟੱਚ ਨਹੀਂ ਕਰਦਾ ਮੈਨੂੰ ਤਾਂ ਪਤਾ ਨਹੀਂ ਕਿਵੇਂ ਨਸ਼ੇ ਹੁੰਦੇ ਨੇ ਕਿਵੇਂ ਨਹੀਂ ਹੁੰਦੇ ਅਤੇ ਬਾਕੀ ਪੰਨੀ ਵਾਲਾ ਕਹਿੰਦੇ ਪੈਸੇ ਵੀ ਮਹਿੰਗਾ ਪੈਂਦਾ ਅਤੇ ਉਸ ਤੋਂ ਬਾਅਦ ਫਿਰ ਪੰਨੀ ਛੱਡ ਕੇ ਅਤੇ ਫਿਰ ਹੋ ਜਾਂਦੇ ਨੇ ਆਪਣੇ ਅਤੇ ਟੀਕੇ ਲਾਉਣ ਵਾਸਤੇ ਉਹੀ ਜਿਹੜੀ ਸਮਾਨ ਜਿਹਾ ਹੁੰਦਾ ਕਹਿੰਦੇ ਨੇ ਉਹ ਪਾਣੀ ਦੇ ਵਿੱਚ ਘੋਲਦੇ ਨੇ ਉਸ ਤੋਂ ਬਾਅਦ ਉਹ ਟੀਕੇ ਲਾਉਂਦੇ ਨੇ ਬਾਹਾਂ 'ਤੇ ਕੋਈ ਲੱਤਾਂ 'ਤੇ ਕੋਈ ਕਿੱਥੇ ਹੌਲੀ ਹੌਲੀ ਇਹ ਨੌਜਵਾਨ ਲਾਉਂਦਾ ਰਿਹਾ ਸਾਡਾ ਰਿਸ਼ਤੇਦਾਰ ਹੈ ਆਪਦਾ ਸਾਡੇ ਸੱਕੇ ਫੁੱਫੜ ਦਾ ਮੁੰਡਾ ਜੀ ਇਹ ਸਾਡੇ ਫੁੱਫੜ ਜੀ ਨੇ ਅਤੇ ਬੜਾ ਸਮਝਾਇਆ ਮੈਂ ਵੀ ਸਮਝਾਇਆ ਇਹਨਾਂ ਵੀ ਸਮਝਾਇਆ ਮੇਰੇ ਬ੍ਰਦਰ ਸਰਪੰਚ ਨੇ ਉਹਨਾਂ ਵੀ ਬਹੁਤ ਸਮਝਾਇਆ ਵੀ ਤੂੰ ਛੱਡ ਜਾ ਕੀ ਪਿਆ ਇਹਦੇ ਵਿੱਚ ਇਸ ਮੁੰਡੇ 'ਤੇ ਇਕੱਲੇ 'ਤੇ ਚਾਰ ਭਰਾ ਨੇ ਜੀ ਅਮਰੀਕ ਸਿੰਘ ਮੁੰਡੇ ਦਾ ਨਾਮ ਹੈ ਚਾਰ ਭਰਾ ਨੇ ਚਾਰਾਂ ਭਰਾਵਾਂ ਤੋਂ ਸਾਰਿਆਂ ਤੋਂ ਇਹ ਛੋਟਾ ਹੈ ਅਤੇ ਸਾਰਿਆਂ ਤੋਂ ਛੋਟੇ ਹੋਣ ਦੇ ਨਾਤੇ ਇਹਨਾਂ ਦਾ ਮਾਤਾ ਇਹਦੀ ਪਿਤਾ ਇਹਦੀ ਘਰਵਾਲੀ ਅਤੇ ਤਿੰਨਾਂ ਦਾ ਆਸਰਾ ਇਕੱਲਾ ਚੌਥਾ ਸੀ ਵੀ ਜਿਹੜਾ ਇਹ ਖਵਾਉਂਦਾ ਪਿਆਉਂਦਾ ਸੀ ਉਹਨਾਂ ਨੂੰ ਬਾਕੀ ਸਾਰੇ ਆਪਾਂ ਉਹਦੇ ਘਰੇ ਵੱਖਰੇ ਸੀ ਜ਼ਮੀਨ ਜਾਇਦਾਦ ਹੀ ਨਹੀਂ ਇਹਨਾਂ ਦੀ ਬਿਲਕੁਲ ਹੀ ਇਹ ਆਪਦਾ ਹੀ ਕਰਦੇ ਸੀ ਆਪੋ ਆਪਦੇ ਘਰਾਂ ਦੇ ਵਿੱਚ ਤੁਹਾਨੂੰ ਪਤਾ ਅੱਜ ਕੱਲ੍ਹ ਕਿੰਨੀ ਮਹਿੰਗਾਈ ਹੈ ਮਹਿੰਗਾਈ ਮੋਦੀ ਸਰਕਾਰ ਨੇ ਤਾਂ ਬੜੀ ਬਹੁਤ ਜ਼ਿਆਦਾ ਕਰਤੀ ਹੱਦ ਤੋਂ ਜ਼ਿਆਦਾ ਹੀ ਹੋ ਗਈ ਮਹਿੰਗਾਈ ਤਾਂ ਅਤੇ ਹੁਣ ਤਾਂ ਇਹ ਕਮਾਉਣ ਵਾਲਾ ਸੀ ਜਿਹੜਾ ਮਾੜਾ ਮੋਟਾ ਕਮਾਉਂਦਾ ਵੀ ਸੀ ਨਾਲ ਨਸ਼ੇ 'ਤੇ ਵੀ ਲਾ ਦਿੰਦਾ ਸੀ ਨਾਲ ਕੋਈ ਘਰੇ ਮਾੜਾ ਮੋਟਾ ਚਾਹ ਪਾਣੀ ਦਿੰਦਾ ਸੀ ਹੋਰ ਕੰਮ ਔਖਾ ਸੀ ਵੀ ਰੋਟੀ ਵੀ ਜਿਹੜੀ ਇਹਨਾਂ ਦੀ ਨਾ ਵੀ ਇੱਕ ਟਾਈਮ ਦੀ ਕਦੇ ਪੱਕਦੀ ਸੀ ਅਤੇ ਕਦੇ ਇੱਕ ਟਾਈਮ ਦੇ ਵਿੱਚ ਹੀ ਰਹਿ ਜਾਂਦੀ ਸੀ ਅਤੇ ਦੇ ਘਰੇ ਕਈ ਵਾਰੀ ਕਹਿੰਦੇ ਸੀ ਵੀ ਇਹ ਟੀਕੇ ਲਾ ਲੈਂਦਾ ਬਾਥਰੂਮ 'ਚ ਵੜ ਜਾਂਦਾ ਫਿਰ ਨਿਕਲਦਾ 15-20 ਮਿੰਟ ਲੱਗ ਜਾਂਦੇ ਨੇ ਜਦੋਂ ਨਿਕਲਦਾ ਵੀ ਉਸ 'ਚ ਨਿਕਲਦਾ ਪਤਾ ਨਹੀਂ ਕੀ ਕਰਦਾ ਕੀ ਨਹੀਂ ਕਰਦਾ ਅਤੇ ਇਹਨਾਂ ਨੂੰ ਕੋਈ ਸਮਝ ਨਹੀਂ ਲੱਗੀ ਹੌਲੀ ਹੌਲੀ ਕਰਦੇ ਕਰਾਉਂਦਿਆਂ ਕੀ ਜਿਵੇਂ ਚੱਲੀ ਗਿਆ ਸਿਲਸਿਲਾ ਚੱਲੀ ਗਿਆ 6 ਸਾਲ ਹੋ ਗਿਆ 6 ਸਾਲਾਂ ਬਾਅਦ ਪਰਸੋਂ ਇਹਦੀ ਓਵਰਡੋਜ਼ ਕਾਰਨ ਡੈਥ ਹੋ ਗਈ ਪਤਾ ਨਹੀਂ ਇੱਕ ਦੋ ਵਾਰੀ ਕਿਹਾ ਵੀ ਨੇ ਵੀ ਇਹਨੂੰ ਲੈ ਜਾਓ ਮਿੰਦਾ ਨਸ਼ਾ ਬੰਦ ਕਰਾਓ ਬੰਦ ਪਰ ਨਹੀਂ ਕਰਿਆ ਕਿੰਨਾ ਕੁ ਨਸ਼ਾ ਜਿਹੜਾ ਪਿੰਡ ਵਿੱਚ ਵਿਕਦਾ ਵਾਧੂ ਇੱਥੇ ਵਿਕਦਾ ਇੱਥੇ ਨਾ ਵਿਕਾ ਤਾਂ ਕਿਤੇ ਹੋਰ ਕਿਰ ਲੈ ਆਉਂਦੇ ਜਿਹੜੇ ਨਸ਼ੇ ਵਾਲੇ ਨੇ ਇਹਨਾਂ ਤਾਂ ਪਤਾ ਹੀ ਉਹਨਾਂ ਨੂੰ ਹੁੰਦਾ ਵੀ ਕਿੱਥੇ ਵਿਕਦਾ ਪਿਆ ਕਿੱਥੋਂ ਲਿਆਉਂਦੇ ਨੇ ਸਾਨੂੰ ਨਹੀਂ ਇੰਨਾ ਪਤਾ ਹੈਗਾ ਅਤੇ ਘਰੋਂ ਇਵੇਂ ਚੋਰੀ ਨਾਲ ਜਾਣਾ ਸਾਡੇ ਪਿੰਡ ਦਾ ਨਹੀਂ ਸਾਨੂੰ ਤਾਂ ਪਤਾ ਲੱਗਾ ਅਤੇ ਲਿਆਉਂਦਾ ਸੀ ਲਾਹ ਤਾਂ ਆ ਜਾਂਦਾ ਸੀ ਘਰੇ ਕਹਿੰਦੇ ਅਸੀਂ ਕੱਪੜੇ ਧੋਣੇ ਨਾ ਅਤੇ ਪਿੰਡ ਦੇ ਵਿੱਚੋਂ ਸਰਿੰਜਾ ਮੈਂ ਦੋ ਮੈਂ ਕੱਢੀਆਂ ਨੇ ਦੋ ਦਿਨ ਦੀ ਵੋਟੀ ਕੱਢੀਆਂ ਨੇ ਅਤੇ ਬਾਹਰ ਨੱਪ ਨੂੰ ਪਾਵੇ ਤਾਂ ਉਹ ਸਾਨੂੰ ਨਹੀਂ ਪਤਾ ਉਹ ਸਾਨੂੰ ਨਹੀਂ ਪਤਾ ਸੀ ਵੀ ਨੱਪ ਨੂੰ ਬਾਹਰ ਆਵੇ ਤਾਂ ਉਹ ਅਸੀਂ ਨਹੀਂ ਮੈਨੂੰ ਜਾਣਦੇ ਅਤੇ ਦੋ ਤਿੰਨ ਤਾਂ ਅਸੀਂ ਕੱਢੀਆਂ ਨੇ ਸਰਿੰਜਾ ਜਿਹੀ ਪਈਆਂ ਵੀ ਆਉਣਗੇ ਸਾਡੇ ਘਰ ਅਤੇ ਇਹ ਕੁੜੀ ਜਿਹੜੀ ਹੁੰਦੀ ਘਰ ਵਾਲੀ ਉਹ ਵੀ ਅਸੀਂ ਬੇਕਾਰ ਹੈ ਉਹਦੇ ਆਖਰੇ ਤਾਂ ਅਸੀਂ ਹੈਗੇ ਹਾਂ ਦੂਜੇ ਤਿੰਨ ਮੇਰੇ ਮੁੰਡੇ ਨੇ ਉਹ ਆਪਦੇ ਵੱਖਰੇ ਨੇ ਆਪਦੇ ਕੋਲ ਦਿਹਾੜੀ ਤਾਂ ਪਕਾਰ 'ਤੇ ਖਾਂਦੇ ਨੇ ਸਾਨੂੰ ਕੌਣ ਪੁੱਛੇ ਤਾਂ ਉਹ ਸਰਕਾਰ ਦੇਵੇ ਮੰਗ ਕੋਈ ਕਰੇ ਚਾਹ ਤੇ ਚੰਗੀ ਗੱਲ ਨਾ ਕਰੇ ਤੇ ਤਾਂ ਚੰਗੀ ਗੱਲ ਸਾਡਾ ਤਾਂ ਕੋਈ ਆਹਰਾ ਨਹੀਂ ਹੈਗਾ Subscribe to our YouTube channel News DNN by clicking the bell icon. Don't forget to like, comment and share.